ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਅਤੇ ਹਲਕਾ ਦੀਨਾਨਗਰ ਦੇ ਪੰਚਾਇਤੀ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਬਣੀ ਰਹੀ, ਜਿਸ ਦੇ ਸੰਬੰਧ ਵਿੱਚ ਉਹਨਾਂ ਨੂੰ ਵਧਾਈ ਦੇਣ ਅਤੇ ਰੂਬਰੂ ਹੋਣ ਲਈ ਕੋਲਾਨੌਰ ਅਤੇ ਦੀਨਾਨਗਰ ਵਿੱਚ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਾਰੇ ਪੰਚਾਇਤਾਂ ਨੂੰ ਵਧਾਈ ਦਿੱਤੀ ਗਈ। ਅਤੇ ਇਸ ਮੌਕੇ ਪੰਜਾਬ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ, ਕੈਬਨਿਟ ਮੰਤਰੀ ਅਰੁਣ ਚੌਧਰੀ ਅਤੇ MLA ਬਰਿੰਦਰ ਮੀਤ ਪਹਾੜਾ ਖਾਸ ਤੌਰ ਤੇ ਪਹੁੰਚੇ। ਅੱਜ ਦਾ ਜਿਹੜਾ ਕਿ ਸਰਪੰਚ, ਜਿਹੜੇ ਨਵੇਂ ਪੰਚ, ਸਰਪੰਚ ਦੇ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰ ਨੇ, ਉਹਨਾਂ ਨੇ ਪਰਸੋਂ ਕਸਮ ਜਿਹੜੀ ਇੱਥੇ ਕੱਲ੍ਹ ਹੀ ਮੇਰੇ ਖਿਆਲ ਇੱਥੇ ਗੁਰਦਾਸਪੁਰ ਦੀ ਸਾਡੀ ਕੱਲ੍ਹ ਦੀ ਆ, ਇਹ ਪਹਿਲਾਂ ਹੀ ਪ੍ਰੋਗਰਾਮ ਬਣਿਆ ਸੀ ਕਿ ਜਿਹੜੇ ਨਵੇਂ ਸਰਪੰਚ ਬਣੇ ਨੇ ਉਹਨਾਂ ਨੂੰ ਵਧਾਈ ਦੇਣ ਲਈ। MP ਸਾਹਿਬ ਦੀ, ਇਹਨਾਂ ਦੀ ਪਾਰਲੀਮੈਂਟ ਜਿਹੜੀ ਸੀ ਉਹ ਚੱਲ ਰਹੀ ਸੀ, ਕੱਲ੍ਹ ਖਤਮ ਹੋਈ ਅਤੇ ਅਸੀਂ ਇਸ ਕਰਕੇ ਅੱਜ ਦਾ ਜਿਹੜਾ ਪ੍ਰੋਗਰਾਮ ਉਹਨੂੰ ਲੈ ਕੇ ਆਏ, ਔਰ ਜਾਖੜ ਸਾਹਿਬ ਨੇ ਖਾਸ ਕਰਕੇ ਉਹਨਾਂ ਨੂੰ ਵਧਾਈ ਵੀ ਦੇਣੀ ਸੀ ਅਤੇ ਧੰਨਵਾਦ ਵੀ ਸੀਗਾ ਅਤੇ ਸਾਰਾ ਜਿਹੜੇ ਵਧੀਆ ਤਰੀਕੇ ਨਾਲ ਸਾਡੀ ਇਲੈਕਸ਼ਨ ਹੋਈ ਹੈ। ਹਾਂਜੀ, ਲੋਕ ਸਭਾ ਇਲੈਕਸ਼ਨ ਬਿਲਕੁਲ, ਜੇ ਮੋਦੀ ਕਹਿ ਸਕਦਾ ਕਿ ਅਸੀਂ ਇੱਥੋਂ ਕੀਤੇ ਤਾਂ ਅਸੀਂ ਵੀ ਅੱਜ ਆਪਣੀ ਕੋਲਾਨੌਰ ਤੋਂ ਇਹ ਇਲੈਕਸ਼ਨ ਦਾ ਆਗਾਜ਼ ਕਰ ਰਹੇ। ਮੈਂ ਮਹਿਲਾ ਸਰਪੰਚਾਂ ਨੂੰ ਕਿਹਾ ਕਿ ਤਕੜੀਆਂ ਹੋ ਕੇ ਕੰਮ ਕਰੋ, ਕਿਉਂਕਿ ਇਹਦੇ 'ਚ ਇਹੀ ਚੀਜ਼ ਹੁੰਦੀ ਹੈ ਕਿ ਜੇ ਪਿੰਡ ਦੇ, ਜੇ ਪਰਿਵਾਰ ਦੇ ਵਿੱਚ ਜਿਹੜੀ ਔਰਤ ਆ ਉਹ ਜਦੋਂ ਪਰਿਵਾਰ ਨੂੰ ਲੈ ਕੇ ਚੱਲਦੇ ਹੋ, ਕਦੇ ਵੀ ਪਰਿਵਾਰ, ਮੈਂ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਤਗੜੀਆਂ ਹੋ ਕੇ ਚੱਲੀਆਂ ਨਾ ਪੰਜਾਬ 'ਚ ਨਸ਼ਾ ਰਹੇਗਾ ਅਤੇ ਨਾ ਪਿੰਡਾਂ 'ਚ ਗੁੰਡਾਗਰਦੀ ਰਹੇਗੀ। ਇਹ ਤੁਸੀਂ, ਤੁਹਾਨੂੰ ਆਦਤ ਬਣੀ ਹੈ ਕਿ ਬਿਨਾਂ ਮਤਲਬ ਤੋਂ ਗੱਲਾਂ ਕਰਨ ਦੀ, ਇਸ ਕਰਕੇ ਜੀ ਨਹੀਂ ਉਹਨਾਂ ਨੂੰ, ਇਹ ਉਹਨਾਂ ਨੂੰ ਜੋ ਮੈਂ ਕਿਹਾ ਉਹਨਾਂ ਨੂੰ ਮੈਂ ਕਿਹਾ ਕਿ ਤਗੜੀਆਂ ਹੋ ਕੇ ਪਿੰਡਾਂ 'ਚ ਕੰਮ ਕਰਿਓ ਅਤੇ ਇਹਦੀ ਜਿਹੜੀ ਤਰੱਕੀ 'ਚ ਤੁਹਾਡਾ ਸਭ ਤੋਂ ਵੱਧ ਹੱਥ ਹੁੰਦਾ ਕਿ ਜਿਸ ਪਰਿਵਾਰ ਦੇ ਵਿੱਚ ਲੇਡੀ ਤਗੜੀ ਆ ਉਹ ਪਰਿਵਾਰ ਹਮੇਸ਼ਾ ਤਰੱਕੀ ਕਰਦਾ। ਜਿਹੜੇ ਪਿੰਡਾਂ ਦੇ ਵਿੱਚ ਲੇਡੀ ਸਰਪੰਚ ਬਣੀਆਂ ਨੇ, ਮੇਰੇ ਖਿਆਲ ਕੋ ਉਹ ਦੂਸਰੇ ਸਰਪੰਚਾਂ ਨੂੰ ਵੱਧ ਬੈਟਰ ਕੰਮ ਕਰਨੇ।